जो दिन आवे सो दिन जाही, जो दिन आवे सो दिन जाही। करना कुछ रहन साहिब जी।
ਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਥ ਪਾਲਕ ਰਾਖੋ ਰਾਖਨ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਯੁੱਗ ਦੇ ਵਿੱਚ ਅੱਜ ਦੇ ਇਸ ਮਾਤਾ ਜੀ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਗੁਰੂ ਸਵਾਰੀ ਸਾਧ ਸੰਗਤ ਗੁਰੂ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਮਾਤਾ ਗੁਰਬਚਨ ਕੌਰ ਜੀ ਜਿਨ੍ਹਾਂ ਦੀ ਅੰਤਮ ਅਰਦਾਸ ਦੇ ਵਿੱਚ ਰਾਗਮੀ ਸਮਾਗਮ ਵਿੱਚ ਜੁਗੋ ਜੁਗ ਅਟਲ ਸਾਹਿਬੇ ਕਮਾਲ ਦੋ ਜਹਾਂ ਦੀਵਾਲੀ ਨਿਉਟਿਆਂ ਦੀ ਔਰ ਪਿਆਸਰਾਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਾਧ ਸੰਗਤ ਦੇ ਰੂਪ ਵਿੱਚ ਬੈਠੇ ਸਤਿਕਾਰਯੋਗ ਵੀਰੋ ਭੈਣੋ ਨੌਜਵਾਨੋ ਬੱਚਿਓ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛੇਕ ਹਜ਼ਾਰੀ ਜੱਗ ਨਾ ਕੋਈ ਇੱਥੇ ਰਿਹਾ ਤੇ ਮਾਂ ਬਾਪ ਅਨੁਸਾਰ ਸਾਡੇ ਸਤਿਕਾਰਯੋਗ ਮਾਤਾ ਗੁਰਬਚਨ ਕੌਰ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰ ਹੋਈ ਪਿਆਰ ਭਰੀ ਸਤਿਕਾਰ ਭਰੀ ਸਾਧ ਸੰਗਤ ਜੀ ਇੱਕ ਵਾਰ ਸਾਰੇ ਮਾਤਾ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਮੇਰੇ ਨਾਲ ਇਹ ਜ਼ਰੂਰ ਬੋਲੋ ਜਿਵੇਂ ਕਿ MLA ਸਾਹਿਬ ਨੇ ਵੀ ਕਿਹਾ ਸੀ ਬੋਲੋ ਪਰ ਤੁਸੀਂ ਓਨੀ ਹੰਗੂਰੀ ਆਵਾਜ਼ ਨਾਲ ਨਹੀਂ ਬੋਲੇ ਇਹ ਸ਼ਰਧਾਂਜਲੀ ਵਾਹਿਗੁਰੂ ਨੂੰ ਜਾਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਬਿਰਾਜਮਾਨ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਪਵਿੱਤਰ ਆਤਮਾ ਉਸ ਪਵਿੱਤਰ ਤੇ ਸਫਲ ਮਾਂ ਉਸ ਸਫਲ ਪਤਨੀ ਤੇ ਸਫਲ ਭੈਣ ਨੂੰ ਜਿਹੜੀ ਸਾਡੇ ਤੋਂ ਕੁਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ ਮਾਤਾ ਬਚਨ ਕੌਰ ਜੀ ਜਿਨ੍ਹਾਂ ਦੀਆਂ ਅੰਤਮ ਰਸਮਾਂ ਲਈ ਔਰ ਗੁਰੂ ਸਾਹਿਬ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਬੜਾ ਵਿਸਤਾਰ ਪੂਰਵਕ ਔਰ ਬਹੁਤ ਹੀ ਚੰਗੇ ਅਲਫਾਜ਼ਾਂ ਦੇ ਵਿੱਚ ਮਾਤਾ ਜੀ ਦੀ ਸ਼ਖਸੀਅਤ ਦੇ ਬਾਰੇ 'ਚ ਜ਼ਿਕਰ ਕੀਤਾ ਉਹਨਾਂ ਦੀ ਇਸ ਸਮਾਜ ਨੂੰ ਕੀ ਦੇਣ ਉਹਦੇ ਬਾਰੇ ਬਹੁਤ ਹੀ ਵਧੀਆ। ਕਦੇ ਕਿਸੇ ਦਾ ਬੁਰਾ ਨਾਂ ਚਿਤਰਿਆ ਹੋਵੇ ਜਿਹਨੇ ਸਦਾ ਸਰਬੱਤ ਦਾ ਭਲਾ ਮੰਗਿਆ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਉਹਨਾਂ ਨੂੰ ਚੰਗੇ ਸੰਸਕਾਰ ਦੇਣੇ ਵਿਸਥਾਰ ਵਿੱਚ ਨਾ ਜਾਵਾਂ ਸਾਰੇ ਹੀ ਭਰਾ ਤਿੰਨੇ ਦੇ ਤਿੰਨੇ ਔਰ ਉਹਨਾਂ ਦੇ ਪਰਿਵਾਰ ਇਹ ਮਾਤਾ ਦਾ ਮਾਣ ਹੀ ਹੈ ਕਿ ਇਸ ਵੇਲੇ ਬੜਾ ਲੰਮਾ ਚੌੜਾ ਪਰਿਵਾਰ ਪੋਤਰੇ ਪੜੋਤਰਿਆਂ ਤੱਕ ਸਗੰਧੀਆਂ ਛੱਡਦਾ ਇਹ ਬਾਗ ਛੱਡ ਕੇ ਗਏ ਨੇ। ਮੈਂ ਇਹਨਾਂ ਦੇ ਨਾਲ ਅਸੀਂ ਇਕੱਠੇ ਹਾਈਕੋਰਟ ਜਾਂ ਔਰ ਮੇਰਾ ਪਿਛੋਕੜ ਵੀ ਹੈ ਤੁਹਾਡੇ ਇਸ ਇਲਾਕੇ ਦਾ ਬੰਡਾਲਾ ਜੰਡਾਲੇ ਦੇ ਕੋਲ। ਹੈਰਾਨਗੀ ਇਸ ਗੱਲ ਦੀ ਹੈ ਜਦੋਂ ਅਸੀਂ ਹਾਈਕੋਰਟ ਪਹੁੰਚੇ ਮੈਂ ਇੱਕ ਸਾਲ ਪਹਿਲੋਂ ਗਿਆ ਫਿਰ ਮਨ ਸਾਹਿਬ ਤੋਂ ਬਾਅਦ ਆ ਗਿਆ ਉੱਥੇ ਦੇਖਿਆ ਕਿ ਸੁਪਰੀਮ ਕੋਰਟ ਦੇ ਜੱਜਾਂ ਦੇ ਮੁੰਡੇ ਉਹਨਾਂ ਦੇ ਪੁੱਤ ਪੋਤਰੇ ਹਾਈਕੋਰਟ ਦੇ ਜੱਜਾਂ ਦੇ ਮੁੰਡੇ ਪੁੱਤ ਪੋਤਰੇ ਵਕੀਲ ਨੇ ਇਹਨਾਂ ਥਾਵਾਂ ਤੋਂ ਉੱਠ ਕੇ ਔਰ ਉਹਨਾਂ ਸਕੂਲਾਂ ਤੋਂ ਪੜ੍ਹ ਕੇ ਇੱਧਰ ਦੀ ਆ ਜਾ ਭਾਅ ਜੀ ਆ ਜਾ ਆ ਜਾ ਆ ਜਾ ਮਿੱਠਾ ਤੇ ਪਿਆਰਾ ਕਰਕੇ ਮੰਨਿਆ ਜਿਹਨਾਂ ਦੀ ਕਮਾਈ ਦਾ ਧਿਆਨ ਰੱਖੇ ਗੁਰੂ ਜੀ
ਧਰਮ ਨਹੀਂ ਹਾਰਿਆ ਜਿਨ੍ਹਾਂ ਬਰਾਦਰ ਦੇ ਵਰਤਮਾਨ ਸਮੂਹ ਸਿੰਘ ਸਿਮਰੀਆ ਭਜੰਗੀਆਂ ਮਸੂਮ ਬੱਚਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਸੰਤਾਨ ਸਰਬੰਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਵਾਹਿਗੁਰੂ ਦਰਬਾਰ ਸਰਬੰਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੰਤ ਖਾਲਸਾ ਜੀ ਕੋ ਵਾਹਿਗੁਰੂ 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 ਜੇਤੀ ਆਵੇ ਸ਼ਬਦ ਗਹਿਣ ਹੋਣਗੇ ਜੋ ਵੀ ਪ੍ਰੋਗਰਾਮ ਹੋਵੇਗਾ ਆਪ ਜੀ ਨੇ ਉਸ ਪ੍ਰੋਗਰਾਮ ਦੇ ਵਿੱਚ ਵੀ
ਆਪਣਾ ਮੇਰਾ ਮਰਿਆ ਅਥਰਾ ਕੇ ਨਿਰਵਿਘਨ ਦਾ ਸਹਿਤ ਸਾਰੇ ਪ੍ਰੋਗਰਾਮ ਨੂੰ ਨਿਭਾਉਣਾ, ਚੜ੍ਹਦੀ ਕਲਾ ਵਿੱਚ ਰੱਖਣਾ, ਹਰ ਪ੍ਰਕਾਰ ਸਹਿਤਾ ਬਖਸ਼ਣੀ ਜੀ ਸੇ ਗੁਰਮੁਖ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਧ ਕਾ ਭਲਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਬਜੇ ਸ਼ਰਨ ਲੋਏ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੁਰੇ ਪਾਰ ਜੋ ਸਰ ਦਾ ਕਰ ਸੇ ਗੁਰ ਪਾਰ ਉਤਾਰ ਹਾਰ ਜੋ ਸਰ ਦਾ ਕਰ ਸੇ ਗੁਰ ਪਾਰ ਉਤਾਰ
ਕਿਹੜੇ ਚੈਨਲ ਤੇ ਦੇਖਦੇ ਜੀ? ਕਿਹੜੇ ਚੈਨਲ ਤੇ? ਡੀਡੀ ਪੰਜਾਬੀ ਤੇ ਆਉਣਾ ਤਕਰੀਬਨ। ਹਾਂਜੀ ਡੀਡੀ ਪੰਜਾਬੀ ਤੇ। ਇਹ ਸਰ ਫਾਸਟ ਵੇ ਦੇ ਬਾਕਸ ਤੇ ਚੱਲਣਾ ਹੈ। ਹਾਂਜੀ ਫਾਸਟ ਵੇ ਤੇ ਚੱਲਣਾ ਹੈ। ਤੇ ਦੂਜੇ ਚੈਨਲਾਂ ਤੇ? ਜਿਹੜਾ ਫਾਸਟ ਵੇ ਤੇ ਗੁਰਬਾਣੀ ਚੈਨਲ ਲਈ ਸਾਡੇ ਰਸਨਾ ਰਾਮ ਰਵੇ।
Stop.
राम सिमर पश्चाहेगा मन राम सिमर
ਦੇਵਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੋ ਜੋ ਡਲ ਧਰਮ ਦਾ ਜੈਕਾਰਾ ਗੁਰੂ ਜੀ ਵਾਹਿਗੁਰੂ ਸਿੱਖਾਂ ਦਾ ਮਰਨੀ ਵਾਹ ਮਾਤੂ ਜੀ ਮਤ ਬਤ ਕਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਬੰਸ ਦੇ ਸਦਾ ਸਹਾਈ ਦਾ ਦਾਸ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਸ ਨੂੰ ਵਿਛੋੜਿਆ ਗਿਆ ਹੈ ਜੀ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਣ ਨੇ ਦਾਣਿਆਂ ਦੇ ਦਾਨ ਨੇ ਉੱਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਬਾਣ ਗੁਰਦਿਰ ਚਰਨਾ ਕਮਲਾਂ ਵਿਖੇ ਅਰਦਾਸ ਬੇਨਤੀ ਜੋਈ ਹੈ ਜੀ ਆਪ ਦਾ ਫਰਮਾਨ ਹੈ ਜਿਹਾ ਜੀਰੀ ਲਿਖਿਆ ਦੇਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦਰ ਘਰ ਦੇ ਸੇਵਕ ਸਤਿਕਾਰਯੋਗ ਮਾਤਾ ਬਚਨ ਕੌਰ ਜੀ ਇਹ ਸੰਸਾਰ ਸਾਗਰ ਦੀ ਯਾਤਰਾ ਕਰਦੇ ਹੋਏ ਆਪ ਜੀ ਦੀ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਸਮਾਪਤ ਕਰਦਿਆਂ ਹੋਇਆਂ ਅੱਜ ਤੋਂ ਕੁਝ ਦਿਨ ਪਹਿਲਾਂ ਇਸ ਲੋਕ ਨੂੰ ਛੱਡ ਕੇ ਪਰਲੋਕ ਗਮਨ ਕਰ ਗਏ ਹਨ ਸਤਿਗੁਰੂ ਜੀ ਤਿੰਨਾਂ ਦੇ ਰੂਹ ਦੀ ਕਲਿਆਣਤਾ ਵਾਸਤੇ ਤਿੰਨਾਂ ਦੇ ਸਪੁੱਤਰ ਸਰਦਾਰ ਦਲਬੀਰ ਸਿੰਘ ਜੀ ਸਰਦਾਰ ਧਰਮ ਸਿੰਘ ਜੀ ਅਤੇ ਸਰਦਾਰ ਅਮਰੀਕ ਸਿੰਘ ਦੇ ਸਮੂਹ ਹੀ ਪਰਿਵਾਰ ਇਕੱਤਰ ਹੋ ਕੇ ਆਪ ਜੀ ਦੇ ਚਰਨਾਂ ਦਾ ਉਹ ਆਸਰਾ ਉੱਠ ਲੈਂਦੇ ਆ ਪਰਸੋਂ ਰੋਜ਼ ਤੋਂ ਆਪਦੇ ਪਾਵਣ ਪਵਿੱਤਰ ਚਰਨ ਆਪਣੇ ਗ੍ਰਹਿ ਵਿਖੇ ਪਵਾ ਕੇ ਆਪ ਜੀ ਰੱਬੀ ਬਾਣੀ ਆਈ ਤੁਰਕੀ ਬਾਣੀ ਆਈ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ ਆਪ ਜੀ ਕਿਰਪਾ ਦੁਆਰਾ ਭੋਗ ਸਮਾਪਤੀਆਂ ਤੋਂ ਉਪਰੰਤ ਪੰਡਾਲ ਦੇ ਵਿੱਚ ਉਹਨਾਂ ਦੀ ਰੂਹ ਦੀ ਨਿਵੇਦੀ ਵਾਸਤੇ ਸ਼ਬਦ ਕੀਰਤਨ ਕਰਵਾਏ ਗਏ ਹਨ ਸਤਿਗੁਰੂ ਜੀ ਸ਼ਬਦ ਕੀਰਤਨ ਕਰਦਿਆਂ ਹੋਇਆ ਗੁਰਬਾਣੀ ਪੜ੍ਹਦਿਆਂ ਹੋਇਆ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਤੁੱਟੀਆਂ ਰਹਿ ਜਾਂਦੀਆਂ ਭੁੱਲਾਂ ਤੁੱਟੀਆਂ ਮਾਫ਼ ਕਰਨੀਆਂ ਕਿਦੋਂ ਸੁੱਧ ਦੇ ਸ਼ਬਾਸ਼ ਗੁਰਬਾਣੀ ਬਣ ਸੁਣਦੇ ਬਲਬਖਸ਼ਣੇ ਸੁੱਧ ਸੇਵਾ ਕਰਨ ਦੇ ਬਲਬਖਸ਼ਣੇ ਇਸ ਬਾਣੀ ਦਾ ਭਾਵ ਸੁਸ਼ੀ ਹੋਏ ਜੀ ਵਾਤਵਾ ਨੂੰ ਬਖਸ਼ਣਾ ਆਵਾਗਮਨ ਦੇ ਚੱਕਰ ਤੋਂ ਬਚਾ ਕੇ ਰੱਖਣਾ ਆਪ ਜੀ ਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਮਗਰ ਇਸ ਪਰਿਵਾਰ ਨੂੰ ਭਾਣਾ ਮਰਨ ਦੀ ਸੁਰੱਥਾ ਬਖਸ਼ਣੀ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਮਿਲਾਪ ਦਿਵਾ ਕੇ ਦਸ ਲੋਕ ਅਤੇ ਗੁਰਸਿੱਖੀ ਜੀਵਨ ਬਖਸ਼ਣਾ ਜੀ ਬੱਚਿਆਂ ਦੀਆਂ ਵੱਡੀਆਂ ਵੱਡੀਆਂ ਉਮਰਾਂ ਬਖਸ਼ਣੀਆਂ ਉੱਚੀ ਸੁੱਚੀ ਵਿਦਿਆ ਦਾ ਦਾਨ ਬਖਸ਼ਣਾ ਗੁਰਸਿੱਖੀ ਜੀਵਨ ਬਖਸ਼ਣਾ ਮਰਿਆਦਾ ਅਨੁਸਾਰ ਆਪ ਜੀ ਦੇ ਸੇਵਕਾਂ ਨੂੰ ਆਪ ਜੀ ਹਜ਼ੂਰੀ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਜੇਗ ਹਾਜ਼ਰ ਹੈ ਜੀ ਆਪ ਜੀ ਪ੍ਰਵਾਨ ਕਰੋ ਪ੍ਰਵਾਨ ਹੋਇਆ ਪ੍ਰਸ਼ਾਦ ਦੇ ਚਰਨਾਂ ਦੇ ਵਿੱਚ ਦਿਲ ਫੁੱਲ ਭੇਟਾਵਾਂ ਲੈ ਕੇ ਹਾਜ਼ਰੀਆਂ ਹਨ ਸਾਰੀਆਂ ਸੰਗਤਾਂ ਦੀਆਂ ਦਿਲ ਫੁੱਲ ਭੇਟਾਵਾਂ ਆਪਣੇ ਦਰ ਦੇ ਪ੍ਰਵਾਨ ਕਰਨ ਸਹਿਜਾ ਬਖਸ਼ਣੀ ਪੰਥ ਖਾਲਸੇ ਦੀ ਚੜ੍ਹਦੀ ਕਲਾ ਕਰਨੀ ਸਰਬੱਤ ਦਾ ਭਲਾ ਕਰਨਾ ਨਗਰ ਦੇ ਵਿੱਚ ਮਿਲਾਪ ਸਵਾਗ ਬਖਸ਼ਣਾ ਹਰ ਪ੍ਰਕਾਰ ਸਹਿਜਾ ਬਖਸ਼ਣੀ ਜੀ ਹੁਣ ਆਪ ਜੀ ਪਵਿੱਤਰ ਹੁਕਮਨਾਮਿਆਂ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਅਤੇ ਹੁਕਮਨਾਮਿਆਂ ਦੇ ਚਰਨ ਦੀ ਸਮਰੱਥਾ ਬਖਸ਼ੋ ਜੋ ਜੀ ਆਪ ਜੀ ਦਰ ਤੇ ਆਵੇ ਸੁਰਾਰੀ ਦੇ ਪ੍ਰਸੰਨ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੁਰਾ ਗਿਆ ਬੰਸ ਜੀ ਮਾਨਿਓ ਪ੍ਰਗਟ ਗੁਰਾਂਗੀ ਦੇ ਜੋ ਪ੍ਰਭ ਕੋ ਮਿਲ ਬੋਜ ਹੈ ਖੋਜ ਸ਼ਬਦ ਮੈਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਖਵਾਲ ਹੋਏ ਸਭ ਮਿਲੇਂਗੇ ਬਜੇ ਸ਼ਰਨ ਜੋਈ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਦੁਰੀ ਪਾਰ ਜੋ ਸਰਦਾ ਕਰ ਸੀਮ ਨੇ ਗੁਰ ਪਾਰੀ ਉਦਾਰ ਰਹਾ ਜੋ ਸਰਦਾ ਕਰ ਸੀਮ ਨੇ ਗੁਰ ਪਾਰੀ ਉਦਾਰ ਰਹਾ ਗੁਰ ਵਾਰੀ ਆਪੋ ਆਪਣੀ
ਕੋਈ ਨਾ ਬੰਦਾ ਧੀਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜੇਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਗਿਨਹੀ ਰਹੀਐ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਨਕ ਬਿਧੀ ਸਮਝਾਵਹੋ ਹਮੇ ਅਗਿਆਨ ਅਲਪ ਮਤ ਤੋਰੀ ਤੁਮ ਆਪਨ ਬਿਰਦ ਰਖਾਵਹੋ ਤੁਮਰੀ ਸ਼ਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹਿਲੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਘਰ ਕੇ ਬੋਲੇ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਜੋੜੀ ਦੇ ਵਿੱਚ ਅੱਜ ਦੇ ਇਸ ਮਾਤਾ ਜੀ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਗੁਰੂ ਸਵਾਰੀ ਸਾਧ ਸੰਗਤ ਗੁਰੂ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਮਾਤਾ ਗੁਰਬਚਨ ਕੌਰ ਜੀ ਜਿਨ੍ਹਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਆਏ ਹਾਂ। ਸੋ ਮੈਂ ਬਹੁਤਾ ਪਰਿਵਾਰ ਸੰਬੰਧੀ ਵਿਸਥਾਰ ਵਿੱਚ ਨਹੀਂ ਜਾਣਾ ਕਿਉਂਕਿ ਜਿੰਨੇ ਵੀ ਆਪਾਂ ਆਏ ਹਾਂ ਸਾਰਿਆਂ ਦੇ ਆਪਣੇ ਕੋਈ ਨਾ ਕੋਈ ਉਹਨਾਂ ਦੇ ਨਾਲ ਸੰਬੰਧ ਹੈ ਅਤੇ ਤਾਂ ਹੀ ਆਏ ਹਾਂ ਅਤੇ ਆਪਾਂ ਪਰਿਵਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ। ਦੂਸਰੀ ਕਿ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਉੱਥੇ ਆਪਾਂ ਦੁਨਿਆਵੀ ਵਡਿਆਈਆਂ ਜਿਹੜੀਆਂ ਉਹ ਜੇ ਕਰਨ ਲੱਗ ਜਾਈਏ ਤਾਂ ਸ਼ੋਭਦੀਆਂ ਨਹੀਂ ਕਿਉਂਕਿ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਆਪ ਬਿਆਨ ਕਰਦੇ ਨੇ ਕਿ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਕਿਉਂਕਿ ਸਮੇਂ ਸਮੇਂ 'ਤੇ ਕੋਈ ਇਲੈਕਸ਼ਨ ਲੜ ਕੇ ਆਉਂਦਾ ਹੈ ਕੋਈ ਨੋਮੀਨੇਟ ਹੁੰਦਾ ਹੈ ਉਹਨਾਂ ਦੀਆਂ ਸੇਵਾ ਲੱਗਦੀਆਂ ਜ਼ਿੰਮੇਵਾਰੀਆਂ ਲੱਗਦੀਆਂ ਉਹ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਇਹ ਵੱਖਰੀ ਗੱਲ ਹੈ ਕਿ ਕਈ ਭੁਲੇਖਾ ਖਾ ਜਾਂਦੇ ਨੇ ਕਿ ਸਾਡੇ ਕੋਲ ਤਾਕਤ ਆ ਗਈ ਹੈ ਤਾਕਤ ਸਿਰਫ ਅਤੇ ਸਿਰਫ ਇੱਕ ਅਕਾਲ ਪੁਰਖ ਕੋਲ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਹੈ ਹੋਰ ਕਿਸੇ ਕੋਲ ਤਾਕਤ ਨਹੀਂ ਹੈ ਕਿਉਂਕਿ ਸਾਰੇ ਸਮੇਂ ਦੇ ਵਿੱਚ ਸਾਰੇ ਸਮੇਂ ਦੇ ਪਾਬੰਦ ਹੈ ਸਾਰੇ ਸਮੇਂ ਦੇ ਵਿੱਚ ਬੱਝੇ ਹੋਏ ਆ ਕਿਸੇ ਨੂੰ 2 ਦਿਨ ਦੀ ਕਿਸੇ ਨੂੰ 4 ਦਿਨ ਦੀ ਕਿਸੇ ਨੂੰ 1 ਸਾਲ ਦੀ ਕਿਸੇ ਨੂੰ 5 ਸਾਲ ਦੀ 4 ਸਾਲ ਦੀ ਇਸ ਤਰ੍ਹਾਂ ਦੀ ਕੋਈ ਤਾਕਤ
ਟੈਂਪਰਰੀ ਤੌਰ ਤੇ ਮਿਲ ਸਕਦੀ ਹੈ, ਪਰ ਜੇ ਆਪਾਂ ਇਹ ਕਹਿ ਲਈਏ ਕਿ ਗੁਰੂ ਸਾਹਿਬਾਨ ਵਾਂਗ ਜਾਂ ਅਕਾਲ ਪੁਰਖ ਦੀਆਂ ਜੋ ਸ਼ਕਤੀਆਂ ਹੈ, ਜੋ ਤਾਕਤਾਂ ਹੈ, ਆਪਾਂ ਨੂੰ ਨਕਾਰ ਨਹੀਂ ਆ ਸਕਦਾ। ਸੋ ਮਾਤਾ ਜੀ ਦਾ ਜੋ ਪਰਿਵਾਰ ਹੈ, ਤੁਸੀਂ ਜਾਣਦੇ ਹੋ ਕਿ ਵੱਡੇ ਭਾਈ ਸਾਹਿਬ ਇੱਥੇ ਬੈਠੇ ਹੋਏ ਨੇ, ਸਰਦਾਰ ਦਲਬੀਰ ਸਿੰਘ ਜੀ ਜੋ ਹਾਈਕੋਰਟ ਦੇ ਵਿੱਚ ਬਤੌਰ ਐਡਵੋਕੇਟ ਸੇਵਾਵਾਂ ਦੇ ਰਹੇ ਨੇ ਔਰ ਬਹੁਤ ਸਫਲਤਾ ਦੇ ਨਾਲ ਸੇਵਾਵਾਂ ਦੇ ਰਹੇ ਨੇ। ਇਸੇ ਤਰ੍ਹਾਂ ਉਹਨਾਂ ਦੇ ਦੋ ਬੇਟੇ ਇੱਥੇ ਜੋ ਸਮਾਜ ਦੇ ਵਿੱਚ ਰਹਿ ਰਹੇ ਨੇ, ਸਰਦਾਰ ਧਰਮ ਸਿੰਘ ਜੀ, ਸਰਦਾਰ ਅਮਰੀਕ ਸਿੰਘ ਜੀ, ਉਹ ਵੀ ਆਪਣਾ ਵਧੀਆ ਜੀਵਨ ਬਤੀਤ ਕਰ ਰਹੇ ਨੇ। ਅਮਰੀਕ ਸਿੰਘ ਹੋਣੀ ਬਤੌਰ ਸਰਪੰਚ ਇੱਥੇ ਵਿਚਰ ਰਹੇ ਨੇ, ਹੋਰ ਸਮਾਜ ਸੇਵਾ ਸੰਸਥਾਵਾਂ ਦੇ ਵਿੱਚ ਵੀ ਉਹ ਭਾਗ ਲੈਂਦੇ ਰਹਿੰਦੇ ਨੇ, ਜਿਵੇਂ ਕਿ ਇੱਥੇ ਇੱਕ ਵੈਲਫੇਅਰ ਕਮੇਟੀ ਹੈ ਸ਼ਹੀਦ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੇ ਨਾਮ 'ਤੇ, ਸਰਦਾਰ ਦਲਬੀਰ ਸਿੰਘ ਹੋਣੀ ਉਹਦੇ ਚੇਅਰਮੈਨ ਨੇ ਅਤੇ ਸਰਦਾਰ ਅਮਰੀਕ ਸਿੰਘ ਹੋਣੀ ਬਤੌਰ ਮੈਂਬਰ ਵੀ ਉਹਦੇ ਵਿੱਚ ਸੇਵਾ ਕਰ ਰਹੇ ਹਨ। ਸੋ ਇਹ ਮੈਂ ਸਮਝਦਾ ਕਿ ਜਿਨ੍ਹਾਂ ਹਾਲਾਤਾਂ ਦੇ ਵਿੱਚ ਮਾਤਾ ਜੀ ਨੇ ਇਸ ਪਰਿਵਾਰ ਨੂੰ ਇਸ ਪਾਸੇ ਨੂੰ ਜੋੜਿਆ, ਐਜੂਕੇਸ਼ਨ ਵਾਲੇ ਪਾਸੇ ਨੂੰ ਜੋੜਿਆ, ਇਹ ਬੜੀ ਸੰਘਰਸ਼ ਦੀ ਗੱਲ ਹੈ, ਕਿਉਂ ਉਸ ਸਮੇਂ ਦੇ ਵਿੱਚ ਕੋਈ ਐਜੂਕੇਸ਼ਨ ਦੇ ਬਹੁਤੇ ਸਾਧਨ ਵੀ ਨਹੀਂ ਸਨ ਹੁੰਦੇ ਅਤੇ ਬਹੁਤਾ ਗਿਆਨ ਵੀ ਨਹੀਂ ਸੀ ਹੁੰਦਾ। ਉਹ ਮੈਨੂੰ ਪਤਾ ਹੈ ਕਿ ਇਸ ਪਰਿਵਾਰ ਦੇ ਨਾਲ ਸਾਡੇ ਪਹਿਲਾਂ ਤੋਂ ਹੀ, ਮੇਰੇ ਤੋਂ ਹੀ ਨਹੀਂ, ਸਾਡੇ ਬਜ਼ੁਰਗਾਂ ਦੇ ਵੇਲੇ ਤੋਂ ਬਹੁਤ ਨੇੜੇ ਦੇ ਸੰਬੰਧ ਰਹੇ ਨੇ ਇਹਨਾਂ ਦੇ। ਸਰਦਾਰ ਸਤਿਕਾਰਯੋਗ ਬਜ਼ੁਰਗ ਸਰਦਾਰ ਬਖਸ਼ੀਸ਼ ਸਿੰਘ ਜੀ, ਉਹਨਾਂ ਦੇ ਬਹੁਤ ਹੀ ਡੂੰਘੇ ਸੰਬੰਧ ਸਨ ਸਾਡੇ ਪਰਿਵਾਰ ਦੇ ਨਾਲ। ਉਹ ਸਾਡੇ ਪਿਤਾ ਜੀ ਨੂੰ ਉਹ ਤਾਂ ਵੈਸੇ ਚਾਚਾ ਜੀ ਕਹਿੰਦੇ ਸੀ, ਬਸ ਅੱਜ ਅਸੀਂ ਭਰਾਵਾਂ ਨਾਲ ਹੀ ਵਿਚਰ ਰਹੇ ਹਾਂ, ਕਿਉਂ ਉਸ ਸਮੇਂ ਦੀਆਂ ਉਹ ਗੱਲਾਂ ਸੀਗੀਆਂ। ਸੋ ਉਹਨਾਂ ਨੇ ਵੀ ਵਧੀਆ ਢੰਗ ਦੇ ਨਾਲ ਜੀਵਨ ਬਤੀਤ ਕੀਤਾ। ਜਦੋਂ ਉਹਨਾਂ ਦੀ ਅੰਤਿਮ ਅਰਦਾਸ ਸੀ ਤਾਂ ਇੱਕ ਗੱਲ ਮੈਨੂੰ ਅੱਜ ਤੱਕ ਯਾਦ ਹੈ ਕਿ ਸਰਦਾਰ ਜੋਗਿੰਦਰ ਸਿੰਘ ਜੀ ਸਾਡੇ ਇਸ ਨਗਰ ਤੋਂ ਸਨ, ਮੈਂਬਰ ਸ਼੍ਰੋਮਣੀ ਕਮੇਟੀ ਵੀ ਰਹੇ ਸਨ, ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਸਰਦਾਰ ਬਖਸ਼ੀਸ਼ ਸਿੰਘ ਜੀ ਬਾਰੇ ਕਿ ਸੱਜਣ ਨੂੰ ਇਹਨਾਂ ਦੀ ਆਸ ਹੈ ਅਤੇ ਦੁਸ਼ਮਣ ਨੂੰ ਇਹਨਾਂ ਦਾ ਭੈ ਹੈ। ਮੈਨੂੰ ਬੜੀ ਵਧੀਆ ਗੱਲ ਲੱਗੀ ਉਹਨਾਂ ਦੀ, ਅੱਜ ਤੱਕ ਮੈਨੂੰ ਉਹ ਯਾਦ ਆ, ਭਾਵ ਕਿ ਉਹ ਇੱਕ ਖਲੋਣ ਵਾਲੇ ਇਨਸਾਨ ਸਨ ਅਤੇ ਮਾਤਾ ਜੀ ਦਾ ਵੀ ਇਸ ਕਰਕੇ ਬਹੁਤ ਡੂੰਘਾ ਸੰਬੰਧ ਸੀ ਪਿੰਡ ਦੇ ਨਾਲ। ਜਦੋਂ ਵੀ ਉਹ ਜਾਂਦੇ ਸੀ ਆਮ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਦੇ ਨਾਲ ਉਹਨਾਂ ਦੇ ਸੰਬੰਧ ਸੀ, ਸਾਰਿਆਂ ਨੂੰ ਮਿਲ ਕੇ ਆਉਂਦੇ ਹੁੰਦੇ ਸਨ। ਹੁਣ ਇਹ ਆ ਕਿ ਉਹਨਾਂ ਦੀ ਉਮਰ ਜਿਹੜੀ ਉਹ ਕਾਫੀ ਹੋ ਗਈ ਸੀ, ਕਾਫੀ ਉਹ ਕਮਜ਼ੋਰ ਹੋ ਗਏ ਸੀ, ਇਸ ਕਰਕੇ ਘਰੋਂ ਬਾਹਰ ਘੱਟ ਜਾਂਦੇ ਸਨ। ਦੂਸਰੀ ਗੱਲ ਕਿ ਪਰਿਵਾਰ ਨੇ ਜਿਸ ਢੰਗ ਦੇ ਨਾਲ ਉਹਨਾਂ ਦੀਆਂ ਅੰਤਿਮ ਰਸਮਾਂ ਕੀਤੀਆਂ, ਉਹ ਵੀ ਮੈਂ ਸਮਝਦਾ ਕਿ ਸ਼ਲਾਘਾਯੋਗ, ਕਿਉਂਕਿ ਅੱਜ ਅਸੀਂ ਫਿਰ ਪਿੱਛੇ ਨੂੰ ਤੁਰ ਰਹੇ ਹਾਂ। ਗੁਰੂ ਸਾਹਿਬਾਨ ਦਾ ਜੋ ਸਿਧਾਂਤ ਹੈ ਨਾ, ਉਹਦੇ ਵਿੱਚ ਗੁਰਮਤਿ ਦੇ ਵਿੱਚ ਕਿਸੇ ਕਿਸਮ ਦਾ ਕੋਈ ਕਰਮ ਕਾਂਡ ਨਹੀਂ ਹੈ। ਜਨਮ ਦੇ ਸੰਸਕਾਰ, ਵਿਆਹ ਦੇ ਸੰਸਕਾਰ ਅਤੇ ਸਾਡੇ ਮ੍ਰਿਤਕ ਦੇ ਜੋ ਸੰਸਕਾਰ ਹੈ, ਉਹ ਸਾਡੀ ਰਹਿਤ ਮਰਿਆਦਾ ਦੇ ਵਿੱਚ ਦਰਜ ਹੈ। ਬੇਸ਼ੱਕ ਅਸੀਂ ਉਹਨਾਂ ਨੂੰ ਪੜ੍ਹਦੇ ਨਹੀਂ ਹੈ ਅਤੇ ਅਸੀਂ ਜਾਣਦੇ ਵੀ ਨਹੀਂ ਹੈ, ਰਹਿਤ ਮਰਿਆਦਾ ਸਾਨੂੰ ਜ਼ਰੂਰ ਪੜ੍ਹਨੀ ਚਾਹੀਦੀ।